ਮਨੀਕਰਨ ਸਾਹਿਬ ਦੇ ਨੇੜੇ ਤੇੜੇ ਲਗਾਤਾਰ ਬੱਦਲ ਫਟਣ ਦੇ ਨਾਲ ਭਿਆਨਕ ਤਬਾਹੀ ਮਚੀ ਹੈ ਅਤੇ ਬਾਰਿਸ਼ ਜੋ ਹੈ ਲਗਾਤਾਰ ਜਾਰੀ ਹੈ, ਜਿਸ ਦੇ ਕਾਰਨ ਪਾਰਵਤੀ ਨਦੀ ਹੁਣ ਉਫਾਨ ਦੇ ਉੱਤੇ ਹੈ ਅਤੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਮਨੀਕਰਨ ਸਾਹਿਬ ਤੋਂ, ਜਿੱਥੇ ਕਿ ਪਾਰਵਤੀ ਨਦੀ ਦਾ ਵਿਰਾਟ ਰੂਪ ਦੇਖਣ ਨੂੰ ਮਿਲਿਆ ਹੈ। ਪਾਣੀ ਦੀ ਸਪੀਡ ਖੁਦ ਦੱਸ ਰਹੀ ਹੈ ਕਿ ਆਖਰ ਬੱਦਲ ਜੋ ਹੈ ਕਿੰਨੇ ਭਿਆਨਕ ਤਰੀਕੇ ਦੇ ਨਾਲ ਫਟਿਆ, ਜੋ ਪੁਲ ਨੂੰ ਪਾਣੀ ਟੱਚ ਕਰ ਚੁੱਕਾ ਹੈ ਅਤੇ ਮਨੀਕਰਨ ਸਾਹਿਬ ਦੇ ਵਿਚਕਾਰ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਪਿਛਲੀ ਵਾਰ ਜਦੋਂ ਬੱਦਲ ਫਟਿਆ ਸੀ ਮਨੀਕਰਨ ਸਾਹਿਬ ਦੇ ਵਿੱਚ, ਤਾਂ ਇਹ ਪੁਲ ਜੋ ਹੈ ਢਹਿ ਢੇਰੀ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਪੁਲ ਨੂੰ ਤਿਆਰ ਕੀਤਾ ਗਿਆ ਸੀ। ਤਾਂ ਇਸ ਵਾਰ ਵੀ ਲਗਾਤਾਰ ਬੱਦਲ ਫਟ ਰਿਹਾ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਅਤੇ ਹੁਣ ਪਾਰਵਤੀ ਨਦੀ ਦਾ ਇਹ ਵਿਰਾਟ ਰੂਪ ਦੇਖਣ ਨੂੰ ਮਿਲਿਆ, ਜਿੱਥੇ ਕਿ ਲਗਾਤਾਰ ਪਾਣੀ ਦਾ ਤੇਜ਼ ਵਹਾਅ ਜੋ ਹੈ ਕਈ ਪੁਲਾਂ ਨੂੰ ਹੁਣ ਤੱਕ ਢਹਿ ਢੇਰੀ ਕਰ ਚੁੱਕਾ ਹੈ ਅਤੇ ਮਨੀਕਰਨ ਸਾਹਿਬ ਦੇ ਕੋਲ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ। ਤਾਂ ਦੱਸ ਦਈਏ ਕਿ ਲਗਾਤਾਰ ਹਿਮਾਚਲ ਦੇ ਵਿੱਚ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਮੌਲਾਨਾ ਡੈਮ ਜੋ ਹੈ ਲਗਾਤਾਰ ਫਟ ਰਿਹਾ ਅਤੇ ਇਸ ਦੇ ਨਾਲ ਹੀ ਆਲੇ ਦੁਆਲੇ ਦੇ ਇਲਾਕਿਆਂ ਨੂੰ ਵੀ ਖਾਲੀ ਕਰਵਾਇਆ ਜਾ ਰਿਹਾ। ਤਾਂ ਕੁੱਲੂ ਦੀਆਂ ਇਹ ਤਸਵੀਰਾਂ ਨੇ ਜਿੱਥੇ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ, ਇਸੀ ਵਿਚਕਾਰ ਮੌਲਾਨਾ ਡੈਮ ਫਟਿਆ, ਕਈ ਰੋਡ ਢਹਿ ਢੇਰੀ ਹੋ ਗਏ ਨੇ ਅਤੇ ਮਨੀਕਰਨ ਸਾਹਿਬ ਦੇ ਵਿੱਚ ਪਾਰਵਤੀ ਨਦੀ ਹੁਣ ਲਗਾਤਾਰ ਉਫਾਨ ਦੇ ਉੱਤੇ ਹੈ।